देख रहे हो लिविंग इंडिया न्यूज़। सिद्ध तौर पर इशारा करते नजर आ रहे हैं, साफ तौर पर इतने कहते नजर आ रहे हैं कि पाकिस्तान दोस्ती का हाथ वधाए, क्योंकि करतारपुर लांघे के राही जिस तरीके दे नाल इत्थे दोस्ती का संकेत मिल रहा सी, इशारे मिल रहे सन, काफ़ी खुश सन दोवों देश, दोवों देशों के लोग, पर फिलहाल भी ये उस तरीके दे नाल उस तर्स से जिहड़े बयान देंदे नज़र आए ने कैप्टन अमरिंदर सिंह इस समारोह के पहुँचे हुए सन। समारोह से पहुँच के संबोधन के दौरान इन्होंने ये वड्डा बयान दिता, तस्वीरां भी तुहानूं विखा रहे हैं जिथे मिल वरत के इन्हां नूं सन्मानित किया गया। सन्मान करन तों बाद जदों इन्हां ने संबोधित किया उस वेले इन्हां ने वड्डा बयान दिता। But nobody believes these things. They think that there is something very sinister is going on or something is happening like that. So these are matters that go on every day. But I hope that what we are hoping to achieve, this friendship with our neighbors, we want friendship. We want peace. India has been through enough. Pakistan has been through even worse. So I don't know why we can't get together and solve this matter. But we want peace. ਵੱਡਾ ਬਿਆਨ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ISI ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ, ਅਜਿਹੀਆਂ ਸੰਸਥਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੋ ਅਸ਼ਾਂਤੀ ਫੈਲਾਉਣਾ ਚਾਹੁੰਦੀਆਂ ਨੇ। ਪਾਕਿਸਤਾਨ ਦੋਸਤੀ ਦਾ ਹੱਥ ਵਧਾਵੇ, ਸ਼ਾਂਤੀ ਦਾ ਹੱਥ ਵਧਾਵੇ, ਵਕਾਲਤ ਕੀਤੀ ਹੈ ਦੋਸਤੀ ਅਤੇ ਸ਼ਾਂਤੀ ਦੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਵਾਲਾ। ਕਿ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਵਿਰੋਧ ਵੀ ਇਹਨਾਂ ਦਾ ਨਜ਼ਰ ਆਇਆ ਲੰਡਨ ਦੇ ਵਿੱਚ, ਅਤੇ ਉਹ ਵਿਰੋਧ ਖਾਲਿਸਤਾਨੀ ਸਮਰਥਕਾਂ ਨੇ ਕੀਤਾ, ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਹੋਏ ਨੇ ਲੰਡਨ, ਵਿਦੇਸ਼ ਦੌਰੇ 'ਤੇ ਗਏ ਹੋਏ ਨੇ, ਜਿਸ ਦੇ ਚੱਲਦੇ ਇਹਨਾਂ ਨੇ ਇੱਥੇ ਪਹੁੰਚ ਕੇ ਪਾਕਿਸਤਾਨ ਦੇ ਨਾਲ ਸ਼ਾਂਤੀ ਅਤੇ ਪਿਆਰ ਦੀ ਵਕਾਲਤ ਕੀਤੀ ਹੈ, ਦੋਵਾਂ ਦੇਸ਼ਾਂ ਨੂੰ ਵਿਕਾਸ ਦੇ ਵੱਲ ਵਧਣ ਦੀ ਵਕਾਲਤ ਕੀਤੀ ਹੈ, ਵਿਕਾਸ ਦੇ ਲਈ ਸ਼ਾਂਤੀ ਅਤੇ ਦੋਸਤੀ ਦੀ ਵਕਾਲਤ ਕੀਤੀ ਹੈ। ਪਰ SFJ ਨੂੰ ਭਾਰਤ ਇਜਾਜ਼ਤ ਨਹੀਂ ਦੇਵੇਗਾ, SFJ ਜਥੇਬੰਦੀ ਅਸ਼ਾਂਤੀ ਫੈਲਾ ਰਹੀ ਹੈ। ਇਸ ਤੋਂ ਇਲਾਵਾ SFJ ਦੇ ਪਿੱਛੇ ISI ਕੰਮ ਕਰ ਰਹੀ ਹੈ, ਦੋਵਾਂ ਸੰਸਥਾਵਾਂ ਨੂੰ ਸਾਫ਼ ਤੌਰ 'ਤੇ ਇਹਨਾਂ ਨੇ ਚੇਤਾਵਨੀ ਦਿੱਤੀ ਹੈ, ਪਰ ਉਹ ਬਰਦਾਸ਼ਤ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ, ਦੋਸਤੀ ਦੇ ਨਾਲ ਸਭ ਕੁਝ ਜਿਹੜਾ ਇੱਥੇ ਵਿਕਾਸ ਹੋ ਸਕਦਾ ਹੈ, ਇਹ ਵੱਡਾ ਬਿਆਨ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਸੋ ਕਿਤੇ ਨਾ ਕਿਤੇ ਇਸ ਬਿਆਨ ਦੇ ਵਿੱਚ ਇੱਕ ਦੋਸਤੀ, ਪਿਆਰ ਅਤੇ ਨਿਮਰਤਾ ਝਲਕ ਰਹੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਾਕਿਸਤਾਨ ਦੇ ਲਈ ਕਰਤਾਰਪੁਰ ਲਾਂਘੇ ਦੀ ਗੱਲ ਕੀਤੀ, ਉੱਥੇ ਵੱਡਾ ਬਿਆਨ। We were just chatting on that phone. But nobody believes these things. They think that there is something very sinister is going on or something is happening like that. So these are matters that go on every day. But I hope that what we are hoping to achieve, this friendship with our neighbors, we want friendship. We want peace. India has been through enough. Pakistan has been through even worse. So I don't know why we can't get together and solve this matter. SFJ ਦੇ ਪਿੱਛੇ ISI ਕੰਮ ਕਰ ਰਹੀ ਹੈ, ਅਤੇ ਨਾਲ ਸ਼ਾਂਤੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਪਿਆਰ ਹੋਣਾ ਚਾਹੀਦਾ, ਦੋਸਤੀ ਹੋਣੀ ਚਾਹੀਦੀ। ਅਤੇ ਜੇਕਰ ਇੰਨਾ ਹੀ ਹੈ ਤਾਂ ਉਸਦਾ ਨਾਲ ਹੀ ਨਾਲ ਕਾਰਨ ਵੀ ਦੱਸਿਆ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ, ਕਿਉਂਕਿ ਜਿਸ ਤਰੀਕੇ ਦੇ ਨਾਲ SFJ ਦੇ ਪਿੱਛੇ ISI ਕੰਮ ਕਰ ਰਹੀ ਹੈ, ਉਸ ਨੂੰ ਲੈ ਕੇ ਚਿੰਤਿਤ ਨਜ਼ਰ ਆਏ ਨੇ ਕੈਪਟਨ ਅਮਰਿੰਦਰ ਸਿੰਘ, ਅਤੇ ਨਾਲ ਹੀ ਦਿੰਦੇ ਹੋਏ ਬਿਆਨ ਨਜ਼ਰ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਅਸ਼ਾਂਤੀ ਫੈਲੀ ਹੋਈ ਹੈ, ਕਿਉਂ ਇੰਨਾ ਵੱਡਾ ਕਾਰਨ ਕਿ ਹੁਣ ਤੱਕ ਸਿਰਫ ਤਲਖੀ ਨਾਲ ਹੀ ਅਜਿਹਾ ਮਾਹੌਲ ਜਿਹੜਾ ਹੈ ਖਰਾਬ ਹੁੰਦਾ, ਦਹਿਸ਼ਤ ਵਾਲਾ ਮਾਹੌਲ ਬਣਦਾ। ਇਸ ਤੋਂ ਇਲਾਵਾ ਹੋਰ ਆਮ ਲੋਕ ਜਿਹੜੇ ਨੇ ਉਹ ਵੀ ਪ੍ਰਭਾਵਿਤ ਹੁੰਦੇ ਨੇ। ਸਰਹੱਦ ਦੀ ਗੱਲ ਕੀਤੀ ਜਾਵੇ ਤਾਂ ਆਮ ਉੱਥੇ ਜੰਗ ਜਿਹੜੀ ਹੈ ਛਿੜੀ ਰਹਿੰਦੀ ਹੈ, ਸੀਜ਼ਫਾਇਰ ਦਾ ਉਲੰਘਣ ਹੁੰਦਾ। ਸੋ ਇਹ ਬਹੁਤ ਸਾਰੇ ਮਸਲੇ, ਸ਼ਾਇਦ ਇਹ ਮਸਲੇ ਜਿਹੜੇ ਨੇ ਗੰਭੀਰਤਾ ਦੇ ਨਾਲ ਇੱਕ ਟੇਬਲ 'ਤੇ ਬੈਠ ਕੇ ਸੁਲਝਣ ਵਾਲੇ ਨੇ, ਜੋ ਬੇਹੱਦ ਹੀ ਜ਼ਰੂਰੀ। ਪਰ ਫਿਲਹਾਲ ਕਰਤਾਰਪੁਰ ਲਾਂਘੇ ਨੂੰ ਲੈ ਕੇ ਵੀ ਵੱਡੀਆਂ ਆਸਾਂ ਅਤੇ ਉਮੀਦਾਂ ਜਿਹੜੀਆਂ ਨੇ ਜਤਾਈਆਂ ਗਈਆਂ ਨੇ, ਸ਼ਾਇਦ ਪਾਕਿਸਤਾਨ ਦੇ ਨਾਲ ਸੰਬੰਧ ਸੁਧਰਨ। ਅਤੇ ਕਿਤੇ ਨਾ ਕਿਤੇ ਹੁਣ ਇਸ ਬਿਆਨ ਤੋਂ ਵੀ ਕਾਫ਼ੀ ਕੁਝ ਇੱਥੇ ਸਮਝ ਆ ਰਿਹਾ, ਅਹਿਸਾਸ ਕਰ ਸਕਦੇ ਕਿ ਮੁੱਖ ਮੰਤਰੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਨਾਲ ਸੰਬੰਧਾਂ ਨੂੰ ਚੰਗੇ ਕਰਨ ਦੀ ਨੀਅਤ ਰੱਖੀ ਜਾ ਰਹੀ ਹੈ, ਪਰ ਬਸ਼ਰਤ ਇਹ ਹੈ ਕਿ ਜਿਹੜੀਆਂ ISI ਦੀ ਗੱਲ ਕੀਤੀ ਜਾਵੇ, SFJ ਦੀ ਗੱਲ ਕੀਤੀ ਜਾਵੇ, ਤਾਂ ਸ਼ਾਂਤੀ ਜਿਹੜੀਆਂ ਫੈਲਾਰੀਆਂ ਨੇ ਇਹਨਾਂ ਨੂੰ ਪਿੱਛੇ ਹਟਣਾ ਚਾਹੀਦਾ ਜਾਂ ਪਿੱਛੇ ਹਟਾਉਣਾ ਚਾਹੀਦਾ। ਸਿੱਧੇ ਤੌਰ 'ਤੇ ਇਹ ਵੱਡਾ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਕੈਪਟਨ ਅਮਰਿੰਦਰ ਸਿੰਘ।
ਪਾਕਿਸਤਾਨ ਦੇ ਨਾਲ ਸੰਬੰਧ ਚੰਗੇ ਹੋਣ, ਵਿਕਾਸ ਹੋਵੇ ਦੋਵਾਂ ਦੇਸ਼ਾਂ ਦਾ। ਇਹ ਜਿਹੜਾ ਬਿਆਨ ਹੈਗਾ ਕਾਫੀ ਅਹਿਮੀਅਤ ਰੱਖਦਾ। ਅਗਰਵਾਲ ਲਿਵਰ ਅਤੇ ਗੱਟ ਸੁਪਰ ਸਪੈਸ਼ਲਿਟੀ ਹਸਪੀਟਲ ਜੇਪੀ ਨਗਰ ਜਲੰਧਰ, ਇੱਥੇ ਹਰ ਤਰ੍ਹਾਂ ਦੀ ਪੇਟ ਤੇ ਲਿਵਰ ਦੀਆਂ ਬਿਮਾਰੀਆਂ ਜਿਵੇਂ ਪੀਲੀਆ, ਖੂਨ ਦੀ ਉਲਟੀ, ਪਿੱਤੇ ਦੀ ਪੱਥਰੀ ਅਤੇ ਪੇਟ ਤੇ ਲਿਵਰ ਦੇ ਕੈਂਸਰ ਦਾ ਇਲਾਜ ਵਿਦੇਸ਼ੀ ਤਕਨੀਕ ਨਾਲ ਮਾਹਿਰ ਡਾਕਟਰਾਂ ਵੱਲੋਂ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਸੰਪਰਕ ਕਰੋ 0181 502 0070।